على محمد وعلى محمد. بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين. بسم الله الرحمن الرحيم. قل هو الله احد الله الصمد لم يلد ولم يولد ولم يكن له كفوا احد. بسم الله الرحمن الرحيم. صل على محمد آل محمد وعجل فرج آل محمد باواز بلان صلوات. دعائے وارث زمانہ تھوڑا ٹرویا قبول فرما. بانیان سادات عزام دا پر خلوص تمام بارم بادشاہ اپنی بارگاہ وچ قبول فرما. مومن مومنات جو بیمارن مالک صحت لے مرحومین دے اللہ پاک درجات بلند فرماوے. صدقہ ذکر حسین بادشاہ دا ظہور ہوئے بی بی دا گھر وسے تواریاں ساریاں کی لے کے سلوات جی وال نال پڑھ لو بابا. ٹھیک ہے حسن. اعوذ باللہ السميع العليم من الشيطان اللعين الرجيم. بسم الله الرحمن الرحيم. صلوات سارے بندہ صلوات نہیں پڑھی مہربان. الحمد لله رب العالمين الصلاة والسلام على أشرف الأنبياء والمرسلين صلوات. فور جماعة زيادة کر والا اخیہی و وزیرہی و خلیفتہی و بنو امہی امیر المومنین صلوات والا سیدت الجلیلات مقدسہ طاہرت المطہرہ عالمت العاملہ صدیقت الکبرہ المدفونت سر جڑا دفن ہوئی ڈھلی ہوئی رات آئی اوہر موضوعت جہران لڑا لٹی چٹا دیں آئی سیدت النساء العالمین کمند کر کے صلوات. تھکی ہوئی چھتری شہرانی آبیر دی نگری گئی بیمار تو پوچھ کے قبرانی پہچان کریں دیئے اللہ بھائیں وستے عباد ہو بیمار تو پوچھ کے قبرانی پہچان کریں دیئے بیمار تو پوچھ کے قبرانی پہچان کریں دیئے
ਅੱਲਾ ਭਾਵੇਂ ਵਸੇ ਆਬਾਦ ਹੋ ਬਾਬਾ। ਥੱਕੀ ਹੋਈ ਸ਼ਾਮ ਦੇ ਮੋੜਾਂ ਦੀ ਵੀਰ ਦੀ ਨਗਰੀ ਗਈ ਏ, ਬਿਮਾਰ ਤੋਂ ਪੁੱਛੇ ਖਬਰਾਂ ਦੀ ਪਹਿਚਾਣ ਕਰੇਂਦੀ ਏ। ਯਾਰ ਸੋਹਣੇ ਰੋ ਪਿਓ, ਕੋਸ਼ਿਸ਼ ਮੈਂ ਕਰੇ ਸਾਂ ਬਾਬਾ ਜੀ ਵੱਧ ਤੋਂ ਵੱਧ ਆਸੂ ਆਵੇ। ਗੱਲ ਲਾ ਕੇ ਕਬਰ ਅੱਬਾਸ ਦੀ ਕੂੰ ਵੈ ਕਰਦੀ ਰਹੀ ਏ, ਤੇ ਗੁੰਡ ਸਾਈਆਂ ਚਰਗਾ ਦੀ ਸਤੁ ਨਿਖੇੜ ਮਾਸੂਮਾ। ਵਾਹ 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 ਵਧ ਬਾਬਾ। ਦਸਣਈਆ ਚਰ ਵੀਰ ਸਾਥੋ ਨਿਖੇੜ ਮਾਸੂਮਾ, ਸੋਹਣੇ ਰੋ ਪਏ ਹੋ। ਨਿਆਜ਼ ਹੁਸੈਨ ਬਾਬਾ ਮੇਰਾ ਵੈਣ ਸੁਣ। ਥੱਕੀ ਹੋਈ ਵੀਰਾਂ ਦੀਆਂ ਮੌਤਾਂ ਦੀ ਵੀਰ ਦੀ ਨਗਰੀ ਗਈ ਏ, ਬਿਮਾਰ ਤੋਂ ਪੁੱਛ ਕੇ ਖਬਰਾਂ ਦੀ ਪਹਿਚਾਣ ਕਰੇਂਦੀ ਏ। ਗੱਲ ਲਾ ਕੇ ਕਬਰ ਅੱਬਾਸ ਦੀ ਖੂਈ ਓ ਵੈਣ ਕਰੇ, ਜੀ ਰਹੀ ਦਸਾਈ ਹਾਂ ਕਰੋ ਤੂੰ ਨਿਖੇੜ ਮਾਸੂਮ ਆ ਗਈ ਏ। ਮੈਂ ਸਦਕੇ ਥੀ ਨਸਣਈਆ ਚਰਗਾ ਦੀ ਸਤੂ ਨਿਖੇੜ ਮਾਸੂਮ ਆ। ਇਹ ਬੱਚੇ ਗੁਜ਼ਾਰ ਬੈਰ ਭੇਜ ਅਸ ਰਹਿਣ ਇੱਕ ਮਲਾ ਸਿਆਣਾ ਬੈਰ ਭੇਜ। ਮੈਂ ਵੱਧ ਪੜਦਾ ਬਾਬਾ, ਐਸਾ ਬੰਦ ਪੜਾ ਹਰ ਬੰਦਾ ਮੁਕਾਨ ਦੇਵੇ। ਆਈਏ ਪੇਕੇ ਕਬਰਿਸਤਾਨ ਦੇਵੇ, ਮਾਂ ਆਉਣ ਦੀ ਸਾਲ ਤੋਂ ਬਾਅਦ ਰਹੀਏ ਬੋਸੇ ਦੇਂਦੀਏ ਕਬਰਾਂ ਤੇ ਅੱਜ ਥੀ ਗਏ ਹੱਥ ਆ। ਰੋਪਾਏ ਭਾਈ ਕਿਤਨੀ ਦੇਰ ਲੱਗ ਬਤ ਪੜਾ। ਬੀਬੀਆਂ ਦੀਆਂ ਤੇਰਾ ਜ਼ੀਲ ਤੂੰ ਲਹਿਣਾ ਵਰ ਨਹੀਂ ਭੁੱਲਦਾ, ਤੇਰੀ ਭੇਰ ਤੂੰ ਹੁਣ ਤਾਈ ਯਾਦ ਉੱਠੀ ਮੇਲ ਸਜਾ ਤੇ ਬਾਕਰ ਤੂੰ ਤੇਰੀ ਬਚ ਗਈ ਏ ਪਾਕ ਔਲਾ। ਸਮਝ ਆ ਬਣੀ ਤਾਂ ਰੋ ਪਵੇ। ਬਿਸਮਿਲਲਾਹ ਆਈਏ ਪੇਕੇ ਕਬਰਿਸਤਾਨ ਦੇ ਵਿੱਚ, ਸ਼ਾਗਰਦੇ ਵਾਲੇ ਪਹਿਲਾ ਕਬਰਿਸਤਾਨ ਹੈ ਜਿਹੜਾ ਹਿੱਕੇ ਦੀਆਂ ਪੁਰ ਥੀ ਗਈ। ਮਾਂ ਆਉਣ ਦੀ ਸਾਲ ਤੋਂ ਬਾਅਦ ਰਹੀਏ ਬੋਸੇ ਦੇਂਦੀ ਕਬਰਾਂ ਤੇ ਅੱਜ ਥੀ ਗਏ ਹੱਥ ਆ। ਤੇਰਾ ਵੀਰ ਤੁਲਾਣਾ ਨਹੀਂ ਭੁੱਲਦਾ, ਤੇਰੀ ਭੇਣ ਪਹੁਣਾ ਬਾਬਾ ਤਿਆਦ ਉੱਠੀ ਮਿਲ ਸਜਾ ਤੇ
ਕਰ ਕੂੰ ਤੇਰੀ ਬਚ ਗਈ ਏ ਪਾਕ ਔਲਾਦ। ਕਿਆ ਬਾਤ ਹੈ ਬਾਈ, ਕਿਆ ਬਾਤ ਹੈ, ਕਿਆ ਬਾਤ ਹੈ। ਦੁਆ ਪਿਆ ਕਰੇ ਨਾ, ਸ਼ਾਲਾ ਬਹਿਣੀ ਦੇ ਭਰਾ ਬੇ ਮੌਸਮ ਨਾ ਮਰ। ਬਾਬਾ ਅੱਲਾ ਦੀ ਤਕਦੀਰ ਦੇ ਫੈਸਲੇ ਨ ਭਰਾ ਮਰ ਵੇਂਦੇ ਰਾਂ ਨਾ। 40 ਦਿਨ ਤੇ ਬਹਿਣੀ ਸਾਵਰੇ ਘਰ ਨਹੀਂ ਵੇਂਦੀ, ਰਿਸ਼ਤੇਦਾਰ ਅਕਸਨ ਘਰ ਵੱਲ ਜੁਲ, ਬੱਚੇ ਛੋਟੇ ਨੂੰ ਅਸੀਂ ਕਿਵੇਂ ਮੰਨਾ, ਚੇਹਲੁਮ ਤੋਂ ਮੁੱਕੇ ਮੁਲਤਾਨ ਦੇ ਮੋਮਨ ਉਹ ਚੇਹਲਮ ਆਉਂਦੇ 40 ਡੀਹਾਂ ਦੇ ਅੰਦਰ। ਬਾਬਾ ਸ਼ਾਹ ਅਲੀ ਦੀ ਧੀ ਮਨਾਏ ਸਾਲ ਬਾਅਦ, ਤੂੰ ਚੁੱਪ ਨਾ ਕਰ ਮੇਰੇ ਤੇ ਸਵਾਲ ਕਰ, ਸੈਯਦਾਦਾ ਹੁਸੈਨ ਦੀ ਬਹਿਣ ਦੀ ਮਜਬੂਰੀ ਕਿਹੜੀ ਹੈ। ਜ਼ਿਕਰ ਗਵਾਏ ਭਰਾ ਨੌ ਕੁੱਠਣ ਜਿਹੜਾ ਪਹਿਲਾ ਚੇਹਲੁਮ ਆਈ ਭਾਈ, ਬਹਿਣ ਦੀ ਸਤਵੀਂ ਪੇਸ਼ੀ ਆਈ। ਵਾਹ 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 ਵਾਹ। ਚਾਰ ਸਫ਼ਰ ਜ਼ੇਵਰ ਲੱਥੇ ਨਸ, ਮੈਂ ਬਿਸਮਿਲਾ ਕਰਾਂ, ਦੂਰ ਹੀ ਮਰਜ਼ੀ ਨਾਲ ਦਮਿਸ਼ਕ ਰਹੀ, ਜਿਹੜੀ ਤੂੰ ਮਜਲਿਸ ਕਰਾਈ ਬੈਠਾ ਹੈ, ਪਹਿਲੇ ਪਹਿਲੇ ਦੀ ਇਬਤਦਾ ਬੀਬੀ ਕੀਤੀ। ਤੂੰ ਅਸਾਂ ਜਾਏ ਗੁਨਾਹਗਾਰ ਜ਼ਾਕਿਰ ਸਰ ਕੇ ਪੜ੍ਹੇ, ਉੱਥੋਂ ਹੁਸੈਨ ਦੀ ਭੇਣ ਆਪ ਜ਼ਾਕਰਾ ਬਣੀ। ਚੁੱਪ ਕਰ ਗਏ, ਪੂਰੀ ਆਪਣੀ ਹੁਰਬਤ ਦੱਸੀ ਸੀ। ਸੱਤ ਸਫ਼ਰ ਦੁਪਾਰ ਹੈ ਲੈ ਦਮਿਸ਼ਕ ਚ ਟੁਰੀਏ, ਬਜ਼ੁਰਗਾਂ ਦਾ ਇੱਕ ਡੋੜਾ ਹੀ ਹੈ ਬਾਬਾ ਹੈ, ਸਫ਼ਰ ਦੀ 6-7 ਤੁਰੀ ਸ਼ਾਮ ਵਿੱਚੋਂ ਮਿਲੀ ਰੁਖਸਤ ਜਾਂ ਉਜੜੀ ਕੋ, ਵਨਵੀਰ ਦਾ ਵਸਦਾ ਸ਼ਹਿਰ ਵੇਖਾਂ ਹਾਈ ਤਾਂਗ ਬਤੂਲ ਦੀ ਧੀ ਕੋ, ਕਸਮ ਖੁਦਾ ਕਰ ਖਤਮ ਮਨਾਜ਼ਿਲ ਆ ਪਹੁੰਚੀ ਸਫ਼ਰ ਦੀ ਵੀਹ ਕੋ, ਆ ਡਿੱਠਣ ਨਕਸ਼ ਮਜ਼ਾਰਾਂ ਦੇ ਨਹੀਂ ਮਿਲੇ ਵੀਰ ਉਜੜੀ ਕੋ। ਚੁੱਪ ਕਰ ਗਏ ਵੇ ਮੁਸਾਫਰਾਂ ਦੇ ਕਬਲਿਸਤਾਨ ਚੋਂ ਥੀ ਕੇ ਮਸੂਮਾਂ ਨਾਲ ਵਿਦਾ ਕਰਕੇ ਸਜਾਦ ਧੀ ਦੀ ਕਬਰ ਤੇ ਰੱਖ ਕੇ ਦੀਏ ਥੋੜੇ ਦੀਆਂ ਵਾਸਤੇ ਵਹਿੰਦੀ ਪਈਆਂ ਵਾਲਾ ਜਵਾਨੀ ਰਾਜਮਾਨ ਮਹਿਸਦ ਕੀਤੀ ਪਵਾਂ ਸੈਦ ਅਦੇ ਵੱਲੀ ਹੈ ਲੇਕਿਨ ਤੋੜ ਨਹੀਂ ਗਈ। ਬਾਬਾ ਸੱਤ ਸਫ਼ਰ ਟੁਰੀ ਸਫ਼ਰ ਕਰੇ ਲਈ ਆਈ ਤਾਂ ਗਾ ਸੀ ਫਿਰਾ ਦਾ ਚੇਹਲੋ, ਤ੍ਰੈ ਮਹਿਮਲ ਸੁਣਦੇ ਰਹਿੰਦੇ ਵੇ, ਸੱਚ ਤ੍ਰੈ ਹਨ, ਬੀਬੀਆਂ 12 ਹਨ ਅਤੇ ਬਾਬਾ ਜੀ ਮਹਿਮਲ ਅੱਜ ਕੱਲ੍ਹ ਹੀ ਇਹਨਾਂ ਨੂੰ ਬੈਠੀਆਂ। ਮੈਂ ਕੋ ਮਜਲਿਸ ਦੀ ਇੱਜ਼ਤ ਦੀ ਕਸਮ ਹੈ, ਅਕਬਰ ਦੀ ਮਾਂ ਦੀ ਝੋਲੀ 'ਚ ਅਕਬਰ ਦਾ ਸਰ ਆਈ, ਕਾਸਿਮ ਦੀ ਮਾਂ ਦੀ ਝੋਲੀ 'ਚ ਅਮੀਰੇ ਕਾਸਿਮ ਦਾ ਸਰ ਆਈ, ਆਲੀਆ ਦੀ ਝੋਲੀ 'ਚ ਬਾਦਸ਼ਾਹ ਹੁਸੈਨ ਦਾ ਸਰ ਆਈ, ਛੋਟੀ ਬੀਬੀ ਦੀ ਝੋਲੀ 'ਚ ਗਾਜ਼ੀ ਅਬਾਸ ਦਾ ਬਾ ਮੁਸਤਫਾ ਸ਼ਾਹ ਜੀ ਸਰ ਆਈ, ਭਾਵੇਂ ਜੋ ਬੁੱਢੜੀ ਆਈ ਫਿਜ਼ਾ ਦੀ ਝੋਲੀ 'ਚ ਡੂ ਸਰ ਆਇਆ। ਤੂੰ ਚੁੱਪ ਕਰ ਗਈ, ਮੇਰੇ ਕੋਲ ਪੁੱਛਿਆ ਹੈ ਨਾ ਕੌਣ, ਇਹ ਆਲੀਆ ਦੀ ਜੋੜੀ ਏ, ਅੱਖ ਸਾਲੀਆ ਕੋਈ ਇਹਨਾਂ ਕੋ ਝੋਲੀ 'ਚ ਪੈਸੇ ਆਦੀ ਅਮਾ ਤੂੰ ਪਾਤੀ ਆ, ਮੈਂ ਅਕਬਰ ਦਾ ਸਦਕਾ ਦਿੱਤਾ। ਵਾਹ 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 ਵਾਹ, ਸੋਹਣੇ ਰੋ ਪਏ ਸੋਹਣੇ ਰੋ। 20 ਸਫ਼ਰ ਦੇ ਦੀਗਿਰ ਢਲ ਗਈ ਸਰੈਨ ਬਈ ਅਲਤਾਫ, 20 ਸਫ਼ਰ ਦੀਗਿਰ ਢਲ ਗਈ ਆਦੀ ਸਜਾਦ ਉੱਠ ਰੋ, ਬਾਦਸ਼ਾਹ ਉੱਠ ਰੋ ਕਿਨ ਬੀਬੀ ਆਦੀ ਕਿਹੜਾ ਨਹੀਂ ਹੈ ਫੁੱਫੀ ਅੰਮਾ, 20 ਸਫ਼ਰ ਹੈ ਬੀਬੀ ਆਦੀ, ਮੇਰੇ ਭੇਰਾਵਾਂ ਤਾਂ ਦੂਜਾ ਚੇਹਲੁਮ ਨਹੀਂ ਜੀ। ਹੇ ਕਰਬਲਾ ਕਿਤਨਾ ਦੂਰ ਹੈ, ਕਰੀਬ ਆਦੇ 5 ਮੰਜ਼ਲਾ, ਕਿਤਨੇ ਨਹੀਂ ਇਲੈਕਸ਼ਨ, ਕਰੀਬ ਆਦੇ ਕਮ ਅਜ਼ ਕਮ 3 ਦੀ, ਤੂੰ ਸੋਹਣਾ ਰੋਂਦਾ ਬੈਠੇ ਆਇਆ ਹੀ ਰੋਵਾਂ ਨੇ
ਜਿਹੜਾ ਤ੍ਰੈ ਦੀਹਾਂ ਦਾ ਨਾਮ ਹੈ ਨਾ, ਬੀਬੀ ਆਦੀ ਮੈਂ ਡੀਹ ਲਾਹਣ ਤੂੰ ਪਹਿਲੇ ਵਜਣਾ ਚਾਹੁੰਦੀ ਹਾਂ ਅੱਜ ਅੱਜ ਹੁਣ। ਇਹ ਮਾਂ ਦੇ ਪਾਸੇ ਦੇਖ ਕੇ ਤੇ ਅੰਮਾ ਵਜਾ ਬੀਬੀ ਆਦੀ ਹਿੱਕ ਚੇਹਲਮ ਕਰਨ ਦੂਜਾ ਥੱਕ ਪਈਆਂ। ਵਾਹ 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 ਹਿੱਕ ਚੇਹਲਮ ਕਰਨ ਮਨੂਜ ਮੈਂ ਗਰੀਬ ਅਦੇ ਬਣ ਸਕਦੀ ਅਲੀ ਦੀ ਧੀ ਆਪਣੇ ਅਖਤਿਆਰਾਤ ਅਜ਼ਮਾ ਬਿਸਮਿਲ੍ਲਾ। ਬੀਬੀ ਅਦੀ ਨਹੀਂ ਤੁਸਾਂ ਪਿਓ ਪੁੱਤਰ ਦੁਆ ਮੰਗੋ ਇਵੇਂ ਦੀਗਰ ਹੋਵੇ ਮੈਂ ਕਰ ਭਲਾ ਹੋ ਅਮਾ ਦੁਆ ਤੁਸਾਂ ਮੰਗੋ ਅਮੀ ਨਸਾ ਦੇ। ਮੁਲਤਾਨ ਦਾ ਮੋਮਿਨ ਆ ਫੁੱਫੀ ਫਤਰੀ ਜਿਹਦੀ ਜਾਂ ਗੁਫਤਗੂ ਆਈ ਇੱਕ ਮੋਮਿਨ ਹੁਸੈਨ ਦੇ ਰੋਵਣ ਵਾਲੇ ਨਾਂ ਜਿਹਦਾ ਜਾਫਰ ਲਿਖਣ ਹੱਥ 'ਚ ਬੇਲਚਸਪਾ ਕੇ ਸਰ ਸ਼ਾਜੀ ਬੰਨੇ ਤੇ ਖੜੇ ਟੇਕ ਲਗਾ ਖੜਾ ਤ੍ਰੈ ਮਾਮਲਾ ਤੇ ਦੀਦ ਪਈ ਸੈਦਾ ਬਿਲ ਚ ਸੱਟਸ ਗੱਲ ਚ ਕੱਪੜਾ ਪੈ ਤਾ ਅਸਮਾਨ ਦੇ ਪਾਸੇ ਦੇਖ ਕੇ ਬੇਨਿਆਸ ਜੋ ਹੈ ਹਰ ਕੋਈ ਵਤਨਾ ਤੇ ਵੱਲਾ ਵਹਿੰਦੇ ਕੋਈ ਉਹ ਨਹੀਂ ਹੋ ਸੀ ਮੇਰੇ ਕੰਨ ਸੁਣ ਸੁਣ ਬੀਬੀ ਵੱਲ ਗਈ ਹੈ ਤੂੰ ਸੋਹਣਾ ਰੋਂਦਾ ਬੈਠੇ ਮੇਰੀ ਸੈਨ ਦਾ ਮੱਥਾ ਮਹਿਮਲ ਤੇ ਆ ਲੰਘਿਆ ਦੀ ਮਹਾਰੀ ਪਹਿਲੀ ਮੰਜ਼ਲ ਤੇ ਮੈਨੂੰ ਹੁਸੈਨ ਦਾ ਮੁਕਾਣੀ ਮਿਲ ਗਈ ਹੈ ਵਾਨੀ ਕੋ ਸਾਡਾ ਇੱਕ ਦੁਆ ਕੀਤੀ ਉਹਨਾਂ ਇੱਕ ਦੱਸੀ ਵੰਨਾ ਜੋ ਮੈਂ ਵੱਲੀ ਵੈਨੀ ਮੇਰੇ ਰਤ ਰੋਣ ਵਾਲਾ ਇਮਾਮ ਇਹਦੇ ਨੇੜੇ ਆ ਸਲਾਮ ਆਕਸ ਈ ਸਰ ਚਾ ਕੇ ਸਲਾਮ ਦਾ ਜਵਾਬ ਦਿੱਤੇ ਅੱਖੀ 'ਚ ਖੂਨ ਡਿੱਟੇ ਸੈਦੋਂ ਅਦੇ ਮੁਸਾਫਿਰ ਰਤ ਕਿੱਥੇ ਰੋਣਾ ਗਰੀਬ ਅਦੇ ਸ਼ਾਮ ਕੋਈ ਸਜਣ ਕੋ ਹੈ ਉਹਦੇ ਗਰੀਬ ਅਦੇ ਕੋਈ ਹਿੱਕ ਮੇਰੇ ਤੇ ਹਿੱਕੇ ਨਹੀਂ ਹੈ 72 ਕੁੱਠਾ ਨੇ ਮੇਰੇ ਕੋਲ ਕਿਵੇਂ ਗਰੀਬ ਆਦਤ ਹੈ ਕੋਈ ਗੱਲ ਕੀਤੀ ਮੇਰੇ ਮਹਿਮਰ ਰੁਕਾਇਓ ਨਹੀਂ ਮੇਰੇ ਪਰਦਾਦਾਰ ਰੁਆਇਆ ਨਹੀਂ ਮੇਰੀ ਫੁੱਫੀ ਸੜੇਂਦੀ ਆਈ ਮਮਨੋ ਸ਼ਰੀਫ ਆਈ ਗੈਰਤਮੰਦ ਆਈ ਹੁਸੈਨ ਕੋ ਰੋਂਦਾ ਹੀ ਗੈਰਤਮੰਦ ਏ ਅੱਖੀ ਤੇ ਮਾਮਾ ਚ ਦਿੱਤਸ ਪਰਦਾਦਾਰਾਂ ਦੇ ਮਹਿਮਲਾਂ ਤੋਂ ਵਿਨਣਾ ਸਜਾਦ ਦੇ ਹੱਥ 'ਚ ਹੱਥ ਦਿੱਤਸ ਪਿੱਛੋਂ ਟੁੱਟਦਾ ਆਉਂਦਾ ਪੁੱਛਦਾ ਆਉਂਦਾ ਮੁਸਾਫਿਰ ਦਿਸਦਾ ਗਰੀਬ ਆਦੇ ਮੁਸਲਸਲ ਡੂਸਾ ਲਾਉਂਦਾ ਦੁੱਖਾਂ ਮਲੂਮ ਥੀਂਦੇ ਸੈਦ ਅਦੇ ਜਿਤਨੇ ਦੁੱਖ ਹਿੰਨ ਮਹਿਲੇ ਤੇ ਆਏ ਮਾਂ ਦੇ ਮਹਿਲ ਦੇ ਨੇੜੇ ਘਿਨੇ ਹੁਸੈਨ ਦਾ ਆਜ਼ਾਦਾਰ ਆ ਗਈ ਬੀਬੀ ਅਦੀ ਮੈਂ ਕੁਛ ਸ਼ਾਮ ਖਾ ਗਈ ਹੈ ਤੂੰ ਜਾਣਦਾ ਪੰਜਵਾਂ ਮਹੀਨਾ ਮੈਂ ਖੜ ਕੇ ਨਮਾਜ਼ ਨਾ ਪੜ੍ਹ ਸਕਦੀ ਇੱਕ ਮੇਰੇ ਮਹਿਮਲ ਦੇ ਹੇਠ ਗਿੰਨਾ ਜਿਹੜੇ ਸੈਦ ਬੈਠੇ ਹੋ ਅੱਖੀ ਤੇ ਮਾਮਾ ਆਈ ਵਲਾ ਡੋਏ ਹੱਥ ਅੱਖੀ ਤੇ ਦਿੱਤੇ ਨੇ ਬੀਬੀ ਦੇ ਮਹਿਮਲ ਤੋਂ ਕੰਡ ਕਰਕੇ ਆਦਾ ਖੜੇ ਬੀਬੀ ਪਾਕ ਮੰਗੋ ਕੇ ਮੰਗਦੇ ਵੇ ਬੀਬੀ ਆਦੀ ਮੰਗਣ ਵਾਲੀ ਨਾ ਅਤਾ ਕਰਨ ਵਾਲੀ ਜ਼ਿੰਦਗੀ ਉਹ ਵੀ ਹੋਆ ਗੱਲ ਵੱਧ ਕਰ ਜਿਹੜੀ ਖੇਤੀ ਦੇ ਬੰਨੇ ਤੇ ਖੜ ਕੇ ਖੜਾ ਕਰੇ ਨਾ ਆਦਾ ਬੀਬੀ ਵਾਲਾ ਜਾਣੇ ਤੁਸਾਂ ਕੌਣ ਇਵੇਂ ਸਾਡਾ ਇੱਕ ਪੀਰ ਆਈ ਜਿਹਦਾ ਨਾਂ ਹੈ ਬਾਦਸ਼ਾਹ ਹੁਸੈਨ ਵਾਹ 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 ਕੀ ਜਿਹੜਾ ਬੰਦਾ ਨਿੰਦਰ ਬੈਠੇ ਉਹ ਨਿੰਦਰੇ ਉਹਦੀ ਜ਼ਿਕਰ ਨਾਲ ਇੰਤਹਾਈ ਬੇਪਰਵਾਹੀ ਹੈ ਬੀਬੀ ਅੱਲਾ ਜਾਣੇ ਤੁਸਾਂ ਕੌਣ ਇਵੇਂ ਸਾਡਾ ਇੱਕ ਪੀਰ ਆਈ ਜਿਹਦਾ ਨਾਂ ਹੈ ਬਾਦਸ਼ਾਹ ਹੁਸੈਨ ਇੱਕ ਹੈ ਖਿਜਰੀ ਡਾ ਮੁਹਰਮ ਕਰਬਲਾ ਦਾ ਲੁਕੋ ਦਕ ਸਹਾਰਾ 70 ਕਦਮ ਤੇ ਭੇਣੀ 2.5 ਕਦਮ ਤੇ ਧੀ ਅਸ ਖੁੰਡੇ ਖੰਜਰ ਨਾਲ ਸਾਰੇ ਪੀਰ ਕੋ 13 ਜ਼ਰਬਾਂ ਨਾਲ ਕੁੱਠਾ ਨੇ ਹਾਏ ਬੀਬੀ ਅਜਾ ਆਖਰੀ ਜ਼ਰਬ ਚਲਦੀ ਪਈ ਆਈ ਉਹਦੀਆਂ ਭੇਣੀ ਹਨ ਤੇ ਪਰਦਾਦਾਰ ਬਹੁ ਵੱਡੀਆਂ ਹਨ ਮੁਸਲਮਾਨ ਉਹਨਾਂ ਦੇ ਖੇਮਾ ਕੋ ਅੱਗ ਲਾ ਦਿੱਤੀ ਹੈ ਪਰਦਾਦਾਰ ਬਹੁ ਵੱਡੀਆਂ ਚਾਦਰਾਂ ਲੋਕਾਂ ਖਸ ਕੀਤੀਆਂ ਰੱਸੀਆਂ ਪਵਾ ਕੇ ਸ਼ਾਮ ਗਿਣ ਗਏ ਸਾਲ ਥੀ ਗਈ ਹੈ ਕੋਈ ਖੈਰ ਦੀ ਖਬਰ ਨਹੀਂ ਆਈ ਬੀਬੀ ਇਹ ਜਿਹੜਾ ਮੈਂ ਬਿਲ ਤਾਂ ਚਾਹ ਕੇ ਬੰਨੇ ਤੇ ਖੜਾ ਜ਼ਮੀਨ ਮੇਰੀ ਨਹੀਂ ਮੈਂ ਕਿਸਾਨ ਨਾ ਮੇਰਾ ਸ਼ੋਭਾ ਖੇਤੀਬਾੜੀ ਨਹੀਂ ਬੀਬੀ ਆਦੀ ਵਤ ਬੰਨੇ ਤੇ ਬਿਲ ਚਚਾ ਕੇ ਕਿਉਂ ਖੜਾ ਸੁਣੋ ਤਾਂ ਆਖਾਂ ਇਹ ਤਾਂ ਬੀਬੀ ਸਾਰੇ ਘਰਾਂ 'ਚ ਸਾਕੂੰ ਪੀਰ ਦੇ ਕਾਤਿਲ ਨਹੀਂ ਰੋਵਣ ਦੇ ਖੁਸ਼ ਨਸੀਬ ਹੈ ਹੁਸੈਨ ਕੋ ਬੈਠਾ ਰੋਂਦਾ ਮੈਂ ਸੁਬਹ ਦੇ ਟਾਈਮ ਬਿਲ ਚਚਾ ਕੇ ਬੰਨੇ ਤੇ ਆਖਦਾ ਲੋਕ ਸਮਝਦੇ ਨੇ ਕਿਸਾਨ ਹੈ ਖੇਤੀਬਾੜੀ ਵਧਾ ਕਰਨ ਦੇ ਦਰ ਹਕੀਕਤ ਮੈਂ ਰੋਣਾ ਸਹਿਣ ਦੀ ਰੁੱਟ ਗਈ ਚਾਦਰ ਕੋ ਮੈਂ ਸਹਿਣ ਦੇ ਬੁਰਕੇ ਕੋ ਰੋਂਦਾ ਖੜਾ ਹਾਂ ਤੇਰੇ ਮਹਿਮਲ ਤੇ ਮੇਰੀ ਦੀਦ ਪੈ ਗਈ ਹੈ ਮੈਂ ਕੋ ਮਾਫੀ ਦੇਵੇ ਹਾਏ ਮੈਂ ਕੋ ਆ ਗਈ ਆਪਣੀ ਸਹਿਣ ਦੀ ਯਾਦ ਮੈਂ ਬੇਲ ਤਾਂ ਸੱਟ ਕਰਦਾ ਹੈ ਮੈਂ ਅੱਲਾ ਦੇ ਦਰਬਾਰ ਹੋਜ ਦੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ
ਮੈਂ ਕਿਹਾ ਹਾਏ ਮੈਂ ਜਾਲਦਾ ਹਰ ਕੋਈ ਤਾਂ ਵੱਲਾ ਵੇਂਦੇ ਕੋਈ ਉਹ ਨਹੀਂ ਹੋ ਸੀ ਅਕਬਰ ਦੇ ਪਹਿਲਣ ਵਾਲੀ ਵੱਲ ਵੇ ਸੀ ਬੀਬੀ ਆਦੀ ਸਿੱਧਗੀ ਦਰਾਲ ਵੀ ਉਹ ਨਹੀਂ ਮੈਂ ਵੱਲੀ ਵਹਿੰਦੀ ਹਾਂ ਵਾਹ 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 ਸਦਕੇ ਥੀ ਪਵਾ ਮੈਂ ਵੱਲੀ ਵਹਿੰਦੀ ਹਾਂ ਬੀਬੀ ਮੈਂ ਤਾਂ ਕੋਈ ਵਹਿੰਦਾ ਨਹੀਂ ਦਿੱਠਾ ਜਿਹੜਾ ਤੁਸੀਂ ਸ਼ਾਮ ਗਏ ਵੇ ਮੈਂ ਸੁਣਾ ਗੁਜ਼ਰੀ ਇੱਥੋਂ ਆਵੇ ਤੇ ਮੈਂ ਇੱਕ ਬਈ ਗੱਲ ਸੁਣੀ ਜਿਹੜਾ ਇੱਥੋਂ ਗੁਜ਼ਰੀ ਆਵੇ ਤੇਰੇ ਨਾਲ ਵੀ ਤਾਲੀ ਮਹਿਮਲ ਦਾ ਪੂਰ ਆਈ ਵੀ ਆ ਪੂਰ ਪਿੱਛਾ ਹੈ ਜਾਂ ਅੱਖਾਂ ਲੰਘ ਗਈ ਚੁੱਪ ਕਰ ਗਏ ਵੇ ਬੀਬੀ ਆਦੀ ਜ਼ਿੰਦਗੀ ਉਹ ਵੀ ਇਹੋ ਬਚ ਗਈ ਜਿਹੜਾ ਨਾਲ ਲਈ ਵਧੀਆ ਵਾਹ 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 ਅੱਛਾ ਸੈਨ ਹੁਣ ਤਾਂ ਕੈਦਾਂ ਛੁੱਟ ਗਈਆਂ ਨੀ ਬੀਬੀ ਆਦੀ ਜ਼ਿੰਦਗੀ ਉਹ ਵੀ ਕੈਦ ਤਾਂ ਛੁੱਟਦੀ ਹੈ ਜੀਂਦਿਆਂ ਦੀ ਮੈਂ ਦਾਵੀਂ ਦੀ ਮਰ ਗਈਆਂ ਪੀਰ ਹੁਸੈਨ ਦੀ ਉਲਫਤ ਹਾਈ ਬਿਨ ਚਾਦਰ ਰੁੜਦੀ ਰਹੀਆਂ ਬੀਬੀ ਆਦੀ ਮੈਂ ਕੋ ਖਾ ਗਈ ਦੁੱਖ ਭਰ ਜਾਈਆਂ ਦਾ ਵਨ ਪੇਸ ਕਚਹਿਰੀ ਥਈਆਂ ਕਈ ਲੱਖ ਬਦਮਾਸ਼ ਤੇ ਮਜਮੇ ਵਿੱਚ ਇੱਕ ਚਾਦਰ ਸਦਕੇ ਥੀ ਵਾਂ ਯਾਰ ਇਹਦੇ ਸੋਹਣੇ ਰੋਂਦੇ ਹੋ ਜਵਾਨੀ ਰਜਮਾਨੋ ਭਾਈ ਜਿਹੜੇ ਜਵਾਨ ਬੈਠੇ ਰੋਂਦੇ ਹੋ ਭੈਣੀ ਕੋ ਨਸੀਬ ਹੋਵੋ ਪਿਓ ਪੁੱਤਰਾਂ ਦੁਆ ਮੰਗੀ ਮੁਲਤਾਨ ਦਾ ਮੋਮਿਨਾ ਚਾਲ ਕਦਮ ਉੱਠਾਂ ਚਾਹੇ ਸੈਦ ਭਲਾ ਉੱਠ ਰੁਕ ਗਏ ਬੀਬੀ ਅਦੀ ਕਿਉਂ ਰੋਕੇ ਨਹੀਂ ਆਦੇ ਅੰਮਾ ਕਰ ਭਲਾ ਆ ਗਏ ਜਿਹੜੇ ਸਵਾਰ ਬੈਠੇ ਉਹਨਾਂ ਤੁਸਾਂ ਮੇਰੀਆਂ ਗੱਲਾਂ ਮਹਿਸੂਸ ਕਰਾਏ ਅਰਬਾਈਨ ਤੇ ਸਵਾਰ ਪੈਦਲ ਆਉਂਦਾ ਅਕਸਰ ਅੱਗੇ ਪਿੱਛੇ ਆਉਂਦੇ ਨੇ ਬੱਸਾਂ ਤੇ ਕੂਫਾ ਚੋਂ ਨਜਾਫੀ ਚੋਂ ਥੱਕੀ ਹੁੰਦੇ ਨੇ ਸਵਾਰਾਂ ਕੋ ਨਿੰਦਰ ਆ ਪੈਂਦੀ ਸਵਾਰ ਬੱਸਾਂ ਚ ਸਮ ਪੈਂਦੇ ਮੇਰਾ ਜ਼ਾਤੀ ਤਜਰਬਾ ਦੇ ਆਵਨੇ ਨਾ ਕਰ ਬਲਾ ਦਾ ਬੰਨਾ ਬਾਬਾ ਜੀ ਜਿਹੜੇ ਸਵਾਰ ਮਹਿਸੂਸ ਕਰਾਏ ਗੱਲ ਤਾਈਦ ਹੀ ਕਰਾਏ ਅਚਾਨਕ ਬ੍ਰੇਕ ਲੱਗ ਪੈਂਦੀ ਹੈ ਬੱਸ ਡਰਾਈਵਰ ਪਿੱਛੇ ਮੂੰਹ ਕਰਕੇ ਦੇ ਅੱਖੀ ਭਾਲੋ ਸਵਾਰਾਂ ਕਰ ਬਲਾ ਆ ਗਈ ਹੈ ਜਿਹੜੇ ਸਵਾਰ ਹੀ ਤਾਈਦ ਕਰੇ ਅੱਲਾ ਗਵਾਏ ਉੱਥਾਂ ਹੀ ਸਵਾਰ ਇੱਕ ਮੈਂ ਗੱਲ ਲੱਗ ਪੈਂਦਾ ਸਹੀ ਕੋਹਰਾਮ ਬਰਪਾ ਥੀ ਵੈਂਦਨ ਹਾਏ ਕਰ ਬਲਾ ਅੱਲਾ ਗਵਾਏ ਇਹ 1350 ਸਾਲ ਬਾਅਦ ਦੇ ਸਵਾਰ ਇਹਨੂੰ ਉਹ ਸਖੀਆਂ ਭੇੜੀਆਂ ਹੈ ਜਣਾ ਖਸਨਾ ਅੰਮਾ ਕਰ ਬਲਾ ਆ ਗਈ ਬੀਬੀ ਆਦੀ ਬਸ਼ੀਰ ਕੁਆ ਕੁੱਠਾਂ ਦੇ ਪਿੱਛੋਂ ਅੱਲਾ ਵੇ ਮੈਂ ਦੇ ਦੀਆਂ ਸੁੱਤੇ ਕਿਵੇਂ ਪੈ ਵਾਹ 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 ਬਿਸਮਿਲਾ ਕਰਾਂ ਬਿਸਮਿਲਾ ਕਰਾਂ ਹੁਸੈਨ ਦੇ ਅਜ਼ਾਦਾਰਾਂ ਕੋ ਜ਼ਵਾਰਾਂ ਕੋ ਮਾਤਮੀਆਂ ਸਾਹਮਣੇ ਇੱਕ ਬੰਦਾ ਖੜੇ ਜਾਂਦੀ ਕਮਰ ਝੁਕੀ ਹੋਈ ਹੈ ਬਾਬਾ ਜੀ ਸੋਟੀਆਂ ਡੂ ਹੱਥੇ ਹਨ ਬਿਨਾ ਹੀ ਕਮਜ਼ੋਰ ਹੈ ਦਾਹੜੀ ਚਿੱਟੀ ਹੈ ਰਿਸਾਲਤ ਮਾਬ ਦਾ ਮੁਤਬਰ ਸਾਹਬੀ ਹੈ ਕਬਰ ਹੁਸੈਨ ਦਾ ਪਹਿਲਾ ਮੁਜਾਵਰ ਹੈ ਨਾ ਇਸੀ ਜਨਾਬੇ ਜਾਬਿਰ ਇਬਨੇ ਅਬਦੁੱਲਾ ਅਨਸਾਰੀ ਬਾਬਾ ਜੀ ਇਲਜ਼ਾਮ ਹੈ ਸ਼ੀਆ ਸਾਹਬਾ ਕੋ ਨਹੀਂ ਮੰਨਦੇ ਮੈਂ ਸਾਹਬੀ ਦੀ ਗੱਲ ਕਰ ਰਿਹਾ ਮੁਤਬਰ ਸਾਹਬੀ ਹੈ ਰਸੂਲ ਦਾ ਇਤਨਾ ਇੱਜ਼ਤ ਵਾਲਾ ਸਾਹਬੀ ਹੈ ਹਦੀਸ ਏ ਕਿਸਾ ਦਰਾਵੀ ਹੈ ਚੁੱਪ ਕਰ ਗਏ ਵੇ ਘਰਾਂ 'ਚ ਮਜਾਲਿਸ ਤੋਂ ਪਹਿਲੇ ਹਦੀਸ ਏ ਕਿਸਾ ਨਹੀਂ ਵੇ ਪੜ੍ਹਦੇ ਇਹਦਾ ਰਾਵੀ ਜਾਬਿਰ ਰਿਵਾਇਤ ਗਿੱਧੀ ਕਹਿੰਦੇ ਕੋਲ ਇਸ ਹੁਸੈਨ ਦੀ ਮਾਂ ਫਿਜ਼ਾ ਭੈਣ ਮੇਰੇ ਦਰਵਾਜ਼ੇ ਤੇ ਕੱਪੜਾ ਬੰਨ ਚਾ ਪਰਦਾ ਬਣਾ ਚਾ ਚਾਚੇ ਜਾਬਿਰ ਕੋ ਸਲ ਚਾ ਮੈਂ ਪਰਦੇ ਦੇ ਇਨੋ ਬੰਨੀ ਆਏ ਹੁਸੈਨ ਨਾਲ ਵੱਡਾ ਪਿਆਰ ਕਰਦੇ ਕੋ ਹਦੀਸ ਕਿਸਾ ਸੁਣਾਈਦੀਆਂ ਇਹ ਸਾਹਬੀ ਹੈ ਬਾਬਾ ਜੈਲੇ ਕਰਬਲਾ ਹੈ ਜਿਹੜੀ ਮਜ਼ਾਰ ਨਾਲ ਬੰਨਦੇ ਸਾਹਿਬੇ ਮਜ਼ਾਰ ਇਹਦੇ ਨਾਲ ਗੱਲਾਂ ਕਰਦੇ ਬਾਬਾ ਜੀ ਇਹ ਸਭ ਤੋਂ ਪਹਿਲੇ ਆਏ ਬਾਦਸ਼ਾਹ ਹੁਸੈਨ ਦੀ ਕਬਰ 'ਤੇ ਸਾਰੀਆਂ ਗੱਲਾਂ ਮੈਂ ਛੋੜ ਰਿਹਾ ਕਬਰ ਤੂੰ ਤਾਂ ਜਣ ਪੀਏ ਕਬਰ ਕੋ ਹਾਂ ਨਾ ਲਾ ਕੇ ਤਾਂ ਸੱਚ ਜਾਣ ਲਈ ਅਕਬਰ ਰੱਥੇ ਨਾ ਮੈਂ ਟੁਰ ਸਕਦਾ ਚੁੱਪ ਕਰ ਗਏ ਮੈਂ ਸੁਣੇ ਅਸਗਰ ਜੋਗਾ ਪਾਣੀ ਮੰਗਈ ਲੋਗਾ ਤੀਰ ਮਾਰੇ ਬਤੂਲ ਦਾ ਪੁੱਤਰ ਜਵਾਬ ਦੇ ਕੇ ਨਾ ਨਾ ਤੈਂ ਥੋੜ੍ਹਾ ਸੁਣਾ ਲੋਕ ਇਸ ਤੋਂ ਜ਼ਿਆਦਾ ਮੇਰੇ ਉੱਤੇ ਜ਼ੁਲਮ ਕਰਦੇ ਰਹਿਣ
ਇਹ ਰਸੂਲ ਦੇ ਸਾਹਬੀ ਦੀ ਗੱਲ ਕਰ ਰਹੇ ਹਾਂ ਬਾਬਾ, ਛੇ ਮਾਸੂਮੀਨ ਦਾ ਆਹਮਣੇ ਸਾਹਮਣੇ ਦਾ ਜ਼ਵਾਰ ਹੈ। ਰਿਸਾਲਤ ਮਾਂ ਤੋਂ ਗਿਣ ਕੇ ਮੁਹੰਮਦ ਬਾਕਰ ਤੱਕ, ਰਿਸਾਲਤ ਮਾਂ ਵੀ ਕੋਈ ਸਲਾਮ ਦਿੱਤੀਆਂ ਪੰਜਵੇਂ ਇਮਾਮ ਨੂੰ, ਤੇਰੇ ਬਚਣਾ ਦੀ ਹਜ਼ਾਤੀ ਹੋਵੇ ਬਾਬਾ। ਇਹ ਰਸੂਲ ਆਸ਼ਿਕ ਰਸੂਲ ਹੈ, ਰਸੂਲ ਦੀ ਰਹਿਲਤ ਤੋਂ ਬਾਅਦ ਇਹ ਮਦੀਨੇ ਨਹੀਂ ਰਹਿੰਦਾ, ਯਮਨ ਵੰਜ ਰਿਹਾ। ਤੇ ਕੋਈ ਦੱਸੀ ਵੰਜਾ ਕਿਉਂ ਨਹੀਂ ਰਹਿੰਦਾ, ਕਦਾਂ ਕਦਾਂ ਆਉਂਦਾ ਸੀ ਮਦੀਨੇ, ਰਸੂਲ ਦੀ ਕਬਰ ਦੇ ਪਵਾਂ ਦੀ ਬਾਂਧਾ ਆਈ, ਆਦਾ ਹੀ ਨਾਰਾਜ਼ ਨੱਥੀ ਵੇ ਜਿਹੜੇ ਰਹਿੰਦੀਆਂ ਤੇਰੀ ਵੀ ਕੁਝ ਝਿਣਕਾਂ ਦਿੱਤੀਆਂ ਨੇ ਨਾ। ਮਦੀਨਾ ਚੰਗਾ ਨਹੀਂ ਲੱਗਦਾ ਜਿਹੜੀ ਗਲੀ ਚੁੜਦੇ ਆ ਤੇਰੀ ਧੀ ਦੇ ਕਾਤਲ ਦਿਸਦੇ। ਵਾਹ 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 ਵਾਹ, ਇਹ ਵੀ ਆਸ਼ਿਕ ਏ ਰਸੂਲ ਸਦਕੇ ਥੀ ਵਾਹ। ਬੈ ਰਸੂਲ ਦੇ ਸਾਹਬੀ ਦੀ ਗੱਲ ਦੱਸੀ ਵਾ, ਜਨਾਬੇ ਬਿਲਾਲ ਰੰਗ ਦਾ ਕੱਲ ਹੈ, ਨੀਅਤ ਇਤਨੀ ਪਸੰਦ ਹੀ ਮੁਅੱਜ਼ਿਨ ਬਣਾਏ ਰਸੂਲ। ਪਬਲੀ ਰਿਸਾਲਤ ਮਾਪ ਦੇ ਤੁਰ ਵੰਜਣ ਤੋਂ ਬਾਅਦ ਇਹ ਹੀ ਮਦੀਨਾ ਛੋੜ ਗਈ, ਜੰਗਲਾਂ 'ਚ ਰੋਂਦਾ ਹੈ। ਜਿਹੜੇ ਬਜ਼ੁਰਗ ਬੈਠੇ ਵੇ ਮੇਰੀ ਤਈ ਦੀ ਕਰੇ ਸੋ ਦੁਆ ਕਰੇ ਸੋ ਹਿਕ ਦੀ ਮਦੀਨੇ ਆ ਵੜਾ, ਜਿਹੜਾ ਮਦੀਨੇ ਆਏ ਤਾਂ ਰਸੂਲ ਦੀ ਧੀ ਜ਼ਖਮੀ ਆਈ। ਬੀਬੀ ਕੋ ਪਤਾ ਲੱਗੇ ਜੋ ਆ ਗਈ ਬਿਲਾਲ, ਹਸਨੈਨ ਵੰਜੋ ਮੇਰੇ ਚਾਚੇ ਕੋ ਸਾਡੋ। ਬੀਬੀ ਦਰ ਦੇ ਅੰਦਰ ਬਿਲਾਲ ਬਹਿਰ ਪੁੱਛਤ ਹੋਸਿਸ ਬੇ ਡਾਢੀ ਜ਼ਖਮੀ ਹੈ ਹਾਏ, ਆਖਿਰ ਸਾਡਾ ਬਿਲਾਲ ਅੱਜ ਮੇਰੇ ਤੇ ਮਿੰਨਤ ਲਾ, ਛੱਡਾ ਸਾਹਿਬ ਹਰ ਕਹਿੰਦੇ ਹੁਕਮ ਕਰ ਬੀਬੀ ਆਦੀ ਅੱਜ ਪੇਸ਼ੀਆਂ ਲਈ ਅਜ਼ਾਨ ਦੇ, ਆਦੇ ਤੇਰਾ ਹੁਕਮ ਇਨਕਾਰ ਦੀ ਗੁੰਜਾਇਸ਼ ਨਹੀਂ, ਮੈਂ ਅਜ਼ਾਨ ਦਿੱਤੀ ਮੈਂ ਮਰ ਵੈਸਾ, ਅੱਗੇ ਮੈਂ ਅਜ਼ਾਨ ਤੂੰ ਫਾਰਗ ਥੀ ਨਾਮੀ ਮਿਹਰਾਬ ਮਸਜਿਦ ਤੇਰਾ ਬਾਬਾ ਆਵੈਂਦਾ ਹੈ, ਹੁਣ ਮੈਂ ਕੋਈ ਦਿਸਦਾ ਨਹੀਂ ਅਜ਼ਾਨ ਕਿਵੇਂ ਦੇਵਾਂ। ਬੀਬੀ ਆਦੀ ਮੇਰਾ ਹੁਕਮ ਦੇ ਮੈਂ ਕੋ ਬਾਬੇ ਵਾਲਾ ਜ਼ਮਾਨਾ ਯਾਦ ਕਰਾਂ। ਅੱਲਾ ਗਵਾਹ ਹੈ ਮੁਲਤਾਨ ਦਾ ਮੋਮਿਨ ਇਹਨਾਂ ਲਫ਼ਜ਼ਾਂ ਤੇ ਪਹੁੰਚੇ ਨਾ, ਅਸ਼ਹਾਦੁ ਅੰਨਾ ਮੁਹੰਮਦ ਰਸੂਲ ਅੱਲਾਹ, ਮੈਂਬਰ ਦੀ ਇੱਜ਼ਤ ਦੀ ਕਸਮ ਹੈ, ਦੀਵਾਰਾਂ ਹਲੀਆਂ ਮਸਜਿਦ ਨਬੀ ਦੀਆਂ, ਫਿਜ਼ਾ ਦਰ ਤੇ ਭਜਦੀ ਆ ਦੀ ਹਸਨ ਤੇ ਹੁਸੈਨ ਭਾਜੋ ਨਾਨਕ ਬਾਖੋ ਬਸ ਕਰ ਮੈਂ ਤਾਂ ਤੁਹਾਡੀ ਮਾਂ ਮਰ ਰਹੀ ਸੀ। ਵਾਹ 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 ਵਾਹ, ਸਾਹਬੀ ਰਸੂਲ ਹੈ ਨਾ ਜਾਬਿਰ ਇਸ ਬਾਬਾ, ਤ੍ਰੈ ਮਹਮਲ ਤੇ ਦੀਦ ਪਈ ਇਸ ਇਹਦੀ ਡਿਊਟੀ ਲਈ ਗਾਜ਼ੀ ਅੱਬਾਸ, ਅੱਗਾ ਵੱਧ ਹਕਲ ਮਾਲ ਮੁਸਾਫਰਾਂ ਮੇਰਾ ਸਲਾਮ ਮੈਨੂੰ ਲਿਖਾ ਹੈ ਬਾਈ। ਬਸ਼ੀਰ ਦੇ ਬੋਲਣ ਤੋਂ ਪਹਿਲੇ ਅਲੀ ਜ਼ੈਨੁਲ ਆਬਦੀਨ ਕਦ ਸਿੱਧਾ ਕੀਤਾ, ਆਦ ਨਾ ਨਾ ਮੁਸਾਫਰਾਂ ਦਾ ਸਲਾਮ, ਤੂੰ ਚੁੱਪ ਕਰ ਗਈ। ਜਾਬਿਰ ਸੋਟੀਆਂ ਸੱਟੀਆਂ ਬੜੀ ਤਵੱਜੋ ਨਾਲ ਚਿਹਰਾ ਡਿੱਠਸ ਜਨਾਬੇ ਸਜਾਦ ਦੇ ਚਿਹਰੇ ਦੀ ਜ਼ਿਆਰਤ ਕਰਕੇ ਤੇ ਮੁਸਾਫਿਰ ਅਦੇ ਜੀ ਨਾਨਾ ਪਰਦੇਸੀ ਜੀ ਨਾਨਾ ਚਾਬੇਰਾ ਦੇ ਮੁਸਾਫਿਰਾ ਤੇਰੀ ਮੇਰੀ ਉਮਰ ਦੇ ਤਕਰੀਬਨ ਬਰਾਬਰ ਹੈ, ਤੁਮੇ ਬਾਰ ਬਾਰ ਨਾ ਨਾ ਕਿਉਂ ਸਦਿਆ, ਸੈਦ ਦੇ ਉਮਰ ਬਰਾਬਰ ਹੁੰਦੀ ਰਹਿੰਦੀ ਇਹ ਰਿਸ਼ਤੇ ਨਹੀਂ ਬਦਲਦੇ, ਲੱਗਦਾ ਜੋ ਨਾਨਾ ਹੈ। ਕਿਆ ਬਾਤ ਹੈ ਬਾਬਾ ਜੀ, ਲੱਗਦਾ ਜੋ ਨਾਨਾ ਕਿਸੇ ਦਾ ਕਿਵੇਂ ਆਏ। ਅੱਜ ਤੇਰੀ ਮੰਜ਼ਲ ਪੁੱਛਣੀ ਹੈ, ਅਗਰ ਤੂੰ ਹੈ ਮੁਸਾਫਿਰ ਉਹ ਰਸਤੇ ਨੌ ਮੀਲ ਦਾ ਵੱਲੇ ਨਾਨਾ, ਤੇ ਇਹ ਰਸਤਾ ਦੇ ਕੋ ਰਸਤੇ ਰਹਿ ਗਏ ਜੰਨਤ ਬਣ ਗਈ ਹੈ ਨਾਨਾ, ਜੰਗਲ ਕੋ ਜੰਨਤ ਕਾਇਮ ਬਣਾਇਆ ਦੇ ਬਤੂਲ ਦੇ ਪੁੱਤਰਾ, ਇਹ ਜ਼ਮੀਨ ਦੀ ਕਿਸਮਤ ਬਦਲ ਗਈ ਹੈ, ਇਹ ਖਾਕ ਤੂੰ ਖਾਕ ਸ਼ਿਫਾ ਬਣ ਗਈ ਹੈ, ਇਹ ਕਰਬਲਾ ਤੂੰ ਕਰਬਲਾ ਮੁਅੱਲਾ ਬਣ ਗਈ ਹੈ, ਚੁੱਪ ਕਰ ਗਏ ਵੇ। ਅਗਰ ਤੁਸਾਂ ਹਿਵੇ ਸਵਾਰ ਉੱਠ ਬੁਲਾਓ ਪਰਦਾ ਧਾਰ ਲਾਓ, ਮੈਂ ਅੱਗੋਂ ਟੁੱਟਦਾ ਤੁਸਾਂ ਪਿੱਛੋਂ ਟੁਰੋ, ਜਿਹਦੀ ਮਜ਼ਾਰ ਤੇ ਆਦਿ ਉਹ ਗਿੰਜੁਲਦਾ, ਮਾਤਮ ਕਰਨਾ ਵੇ ਨਾਲ ਕਰੇਂਦਾ, ਇਹਨਾਂ ਗਰੀਬਾਂ ਦੀ ਗੁਰਬਤ ਤੇ ਰੋਵਣਾ ਵੇ ਸਾਹਮਣੇ ਬਹੁ ਜ਼ਾਕਿਰ ਬਣਦਾ, ਗੁਰਬਤ ਸੁਣੇਂਦਾ। ਐਸੀ ਗੱਲ ਕੀਤੀ ਇਸ ਰੱਤ ਵੱਧ ਗਈ ਜਨਾਬੇ ਸਜਾਦ ਦੀ, ਜਨਾਬੇ ਜਾਬੇਰਾ ਦਿਨ ਪਿਆਸੇ ਉਹ ਪਾਣੀ ਇਹਨਾਂ ਦਾ ਪਿਉ ਬਾਕਰ ਦਾ ਦੇ ਹੈ ਨਾਨਾ, ਇਹ ਨਗਰੀ ਦੇ ਰਿਵਾਜ ਬਦਲ ਗਏ, ਕਿਹੜੇ ਰਿਵਾਜ ਦਾ ਸਾਲ ਥੀ ਹੈ ਮੈਂ ਇੱਥੋਂ ਗਿਆ, ਇੱਥੇ ਤਾਂ ਤਰੇ ਤਰੇ ਦੀ ਲੋਕ ਪਾਣੀ ਨਹਿ ਪੀਵਣ ਦੇ। ਬਿਸਮਿਲਾ ਕਰਾ, ਵਾਹ 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 ਵਾਹ।
ਤ੍ਰੈ ਲੋਕ ਪਾਣੀ ਮੁਸਾਫਿਰ ਆ ਪਿਛਲੇ ਸਾਰੇ ਰਿਵਾਜ ਹੋ ਗਏ ਸਾਰੇ ਹਾਲਾਤ ਤਬਦੀਲ ਥੀ ਗਏ ਹਕੂਮਤਾਂ ਬਦਲ ਗਈਆਂ ਜਰਨੈਲ ਬਦਲ ਗਏ ਆਰਡਰ ਬਦਲ ਗਏ ਚੁੱਪ ਕਰ ਗਏ ਵੇ ਅਠਨਾ ਨਾ ਪੈਦਲ ਤੁਰਨ ਦਾ ਹੁਕਮ ਜੋ ਹੈ ਹਰ ਕਾਹ ਵਾਸਤੇ ਇਹ ਕਾਹ ਵਾਸਤੇ ਕੋਈ ਰਿਆਇਤ ਹੈ ਅਦਾ ਨਹੀਂ ਕੋਈ ਤਫਰੀਕ ਨਹੀਂ ਕੋਈ ਹੋਵੇ ਕਹੇ ਮੁਲਕ ਦੇ ਸ਼ਾਹਜ਼ਾਦੇ ਹੋਵੇ ਸ਼ਾਹਜ਼ਾਦੀਆਂ ਹੋਵੇ ਇੱਥੋਂ ਪੈਦਲ ਆਵੇ ਤੂੰ ਬੜਾ ਸੋਹਣਾ ਰੋਂਦਾ ਬੈਠਾ ਜਾਬਿਰ ਤੋਂ ਕੰਡ ਕੀਤੀ ਇਸ ਮਾਂ ਦੇ ਮਹਮਲ ਦੇ ਪਾਸੇ ਡੇ ਕੇ ਆਦਾ ਪੈਦਲ ਤੁਰਨ ਦਾ ਹੁਕਮ ਹੀ ਚੁੱਪ ਕਰਵਾਣ ਤੇਰੀ ਮਰਜ਼ੀ ਤੜਫੀ ਮਹਮਲ ਹੀ ਚਾਹੀ ਹੈ ਮਹਾਰੀ ਇੱਥੇ ਹੀ ਪੈਦਲ ਦੇਖਾਂ ਪੁੱਛਦੇ ਹੁਕਮ ਕਹਿੰਦਾ ਨਾਨਾ ਇਹ ਪੈਦਲ ਤੁਰਨ ਦਾ ਹੁਕਮ ਜਨਾਬ ਦਾ ਅੱਜ ਮੇਰੀ ਜ਼ਰੂਰਤ ਹੈ ਨਗਰੀ ਦੇ ਵਾਰਸਾਂ ਦਾ ਹੁਕਮ ਹੈ ਬਾਦਸ਼ਾਹ ਦਾ ਸ਼ਹਿਨਸ਼ਾਹ ਦਾ ਨਾ ਚਾਹੁੰਦੇ ਅਦੇ ਲੱਖ ਦਫ਼ਾ ਨਾ ਚਾਹਵਾਂ ਮੇਰਾ ਹਾਂ ਠਰੇ ਇਹਨਾਂ ਦੇ ਨਾ ਚਾਹਵਣ ਨਾਲ ਮੇਰੀ ਇਬਾਦਤ ਹੈ ਚਾਹ ਨਾ ਦੇ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਬਾਦਸ਼ਾਹ ਹੁਸੈਨ ਇਬਨੇ ਅਲੀ ਨਾਨਾ ਇਹ ਬਾਦਸ਼ਾਹ ਹੁਸੈਨ ਦਾ ਹੁਕਮ ਹੈ ਅਦੇ ਨਹੀਂ ਉਹ ਤਾਂ ਕਹੇ ਕੋ ਕੁਝ ਹੀ ਨਹੀਂ ਆਦਾ ਤੂੰ ਬੇਪਰਵਾਹੀ ਕੀਤੀ ਬੈਠਾ ਜਨਾਬ ਸਜਾ ਦਾ ਦਿਨ ਸੱਚ ਪੀ ਆ ਦੇ ਕਹੇ ਕੋ ਕੁਝ ਆਖਿਆ ਤਾਂ ਇਹ ਰੁੱਲਿਆ ਅੱਛਾ ਬਾਦਸ਼ਾਹ ਹੁਸੈਨ ਦਾ ਹੁਕਮ ਜੋ ਨਹੀਂ ਕਹਿੰਦਾ ਜਿਹੜੇ ਸਵਾਰ ਬੈਠੀ ਹੋ ਜਨਾਬ ਜਾਬਿਰ ਖੜੇ ਨੇ ਬੈਨੁਲ ਹਰਮੈਨ ਵਿੱਚ ਬੈਨ ਆਦਨ ਆਧੀ ਕੁ ਸੈਂਟਰ ਕੁ ਦਰਮਿਆਨ ਕੁ ਇੱਕ ਬਾਦਸ਼ਾਹ ਉੱਥਾਂ ਹੈ ਬੈਦ ਡੇਰੇ ਉੱਥਾਂ ਹਨ ਤਕਰੀਬਨ 5 ਏਕੜ ਦਾ ਵਿੱਚ ਫਾਸਲਾ ਹੈ ਜ਼ਵਾਰੋਂ ਸੱਚੇ ਬਾਬਾ ਸਦਕੇ ਥੀ ਪੋਵਾਂ ਜਿਹੜੇ ਸਵਾਰ ਬੈਠਣ ਤਈਦ ਕਰੇ ਸਨ ਅੱਜ ਹੀ ਸਖੀ ਅੱਬਾਸ ਦਾ ਰੋਜ਼ਾ ਝੁਕੋ ਹੈ ਹੁਸੈਨ ਦੇ ਰੋਜ਼ੇ ਅੱਜ ਵੀ ਮਹਿਸੂਸ ਥੀਂਦਾ ਏ ਨੌਕਰ ਦੇ ਸਰਦਾਰ ਤੇਰੀ ਵਫਾ ਤੂੰ ਮੈਂ ਕਾਇਨਾਤ ਕੁਰਬਾਨ ਕਰ ਰਿਹਾ ਸਦਕੇ ਥੀ ਵਾਂ ਸਦਕੇ ਥੀ ਵਾਂ ਬਾਦਸ਼ਾਹ ਹੁਸੈਨ ਦਾ ਹੁਕਮ ਜੋ ਨਹੀਂ ਕਹਿੰਦਾ ਠੱਡਾ ਸਾਹਿਬ ਹਰ ਕਹਿੰਦਾ ਇਹਨਾਂ ਦੀ ਫੌਜ ਦਾ ਜਰਨਲ ਏ ਹੇ ਸੱਕਾ ਵਿਰਾ ਸਰਵੈਂ ਦਾ ਨੌਕਰ ਏ ਨਾ ਸਰਕਾਰ ਅਬਾਸ ਇਬਨ ਅਲੀ ਤੂੰ ਚੁੱਪ ਕਰ ਗਏ ਜਿਤਨੀਆਂ ਗੱਲਾਂ ਮੁਸਾਫਰ ਹੈ ਸ਼ਾਮ ਕੀਤੀਆਂ ਨਾ ਭਾਈ ਜਨਾਬੇ ਸਜਾਦ ਨਾਲ ਇਨਡਾਇਰੈਕਟ ਜਨਾਬੇ ਸਜਾਦ ਦੇ ਥਰੂ ਜਾਬਰ ਨਾਲ ਗੱਲਾਂ ਕੀਤੀਆਂ ਨਾ ਕੋਈ ਇਹਦਾ ਪਿਆਰ ਇਸ ਨਾ ਗਾਜ਼ੀ ਦਾ ਜ਼ਿਕਰ ਦੀ ਕਸਮ ਹੈ ਜੈ ਲੈ ਗਾਜ਼ੀ ਦਾ ਨਾਮ ਚਾਹ ਡਾਇਰੈਕਟ ਬੋਲੀ ਆ ਦੀ ਜ਼ਿੰਦਗੀ ਹੋ ਰਹੀ ਇੱਕ ਦਫਾ ਨਾ ਬਾਦਸ਼ਾਹ ਯਾਰਾਂ ਦਫਾ ਭਾਈ ਜੀ ਨਾ ਚਾਹ ਯਾਰਾਂ ਦਫਾ ਮਸੂਮਾਂ ਦੇ ਮਾਸ਼ਕੀ ਦਾ ਹੁਕਮ ਹੈ ਹੁਸੈਨ ਦੇ ਅਲਮਦਾਰ ਦਾ ਹੁਕਮ ਹੈ ਕਾਇਨਾਤ ਦੇ ਗਰੀਬਾਂ ਦੀ ਆਸ ਦਾ ਹੁਕਮ ਹੈ ਅਲੀ ਦੇ ਪੁੱਤਰ ਅੱਬਾਸ ਦਾ ਹੁਕਮ ਹੈ ਤੂੰ ਮੇਰੀ ਜ਼ੁਬਾਨੀ ਬੈਠਾ ਸੁਣਦਾ ਤ੍ਰੀਜੇ ਮਹਾਮਲ 'ਚ ਬੈਠੀਆਂ ਨਹੀਂ ਗਾਜ਼ੀ ਦੀਆਂ ਦੂਧੀਆਂ ਇਵੇਂ ਬਟਦੀ ਆਈ ਤੌਹੀਦ ਖੁਦਾ ਦੀ ਬਾਬਾ ਜੀ ਇਵੇਂ ਬਟਦੀ ਆਈ ਮੁਹੰਮਦ ਦੀ ਰਿਸਾਲਤ ਇਵੇਂ ਬਟਦੀ ਆ ਸ਼ਰੀਅਤ ਤੇ ਕੁਰਾਨ ਗੁਰਬਤ ਦਾ ਅੰਦਾਜ਼ਾ ਲਾ ਪਿਓ ਅੱਬਾਸ ਧੀਆਂ ਸਾਲ ਕੈਦ ਨਿਭਾਈ ਆਉਂਦੀਆਂ ਉਹ ਮੈਂ ਸਦਕੇ ਥੀ ਪਵਾਂ ਯਾਰਾਂ ਦਫ਼ਾ ਬਾਬੇ ਦਾ ਨਾਂ ਸੁਣਾ ਨੇ ਭਾਈ ਯਾਰਾਂ ਦਫ਼ਾ ਜ਼ਿਆਦਾ ਪੜ ਗਈਆਂ ਯਾਰਾਂ ਦਫ਼ਾ ਬਾਬੇ ਦਾ ਨਾਂ ਸੁਣਾ ਨੇ ਯਾਰਾਂ ਦਫ਼ਾ ਬਾਬਾ ਜੀ ਮਹਾਮਾਲੀ ਝੁੱਠੀ ਖੜੀ ਹੈ ਮਾਂ ਦੇ ਮੋਢੇ ਤੇ ਹੱਥ ਰੱਖ ਕੇ ਆਦੀਆਂ ਅੰਮਾ ਇਹ ਤਾਂ ਸਹਿਣੀ ਹਨ ਥੋੜ੍ਹਾ ਬਾਅਦ ਜ਼ਿਆਦਾ ਕਰੇ ਭਾਈ ਡੂਬਾਂ ਪੜ੍ਹਾਵੇ ਜਵਾਨੀ ਦਾ ਜਮਾਣੇ ਹਰ ਅੱਖ ਬਵਜ਼ੂ ਹੋਵੇ ਸੀ ਅਲਹਮਦੁਲਿਲਾ ਇੱਕ ਸਹਿਣੀ ਦੂਜਾ ਭੇਣੀ ਇਹਨਾਂ ਦੀ ਤਾਂ ਹੂਜੇ ਤ੍ਰੀਜਾ ਸਰਦਾਰਾਂ ਦੀਆਂ ਧੀਆਂ ਹੈ ਸਾਰੇ ਨੌਕਰੀ ਦਾਵੇਂ ਚੌਥਾ ਮਾਂ ਸਾਰੇ ਬਾਬੇ ਦਾ ਹੁਕਮ ਹੈ ਅਲੀ ਸਿੰਘ ਰਾਬੇ ਦੀਨ ਦੀ ਮਿਹਨਤ ਕਰੋ ਉੱਠ ਬਹਾਵੇ ਅਸਲ ਹੈ ਤੂੰ ਮਤਾਂ ਬਾਬਾ ਨਾਰਾਜ਼ ਹੋਵੇ
ਹਰੀ ਦੀ ਧੀਆ ਦੀ ਇਹਨਾਂ ਮੈਡੀਆਂ ਧੀਆਂ ਬਾਹਰ ਨਹੀਂ ਕਰਨੀ, ਆਰਾਮ ਨਾਲ ਬਹੁ ਮੈਂ ਵੀ ਲਾਸਾਂ। ਜਿਹੜੇ ਜਵਾਨ ਬੈਠੇ ਹੋ ਬੀਬੀਆਂ ਦੀ ਸਿਰਫ ਲਾਸਾਂ ਨਹੀਂ, ਲੈ ਕੇ ਟੁਰਸਾ ਮੇਰੇ ਫਿਰਾ ਦਾ ਪਹਿਲਾ ਹੁਕਮ ਹੈ। ਬੀਬੀਆਂ ਦੀ ਸਾਰੀ ਜ਼ਿੰਦਗੀ ਗਾਲੀ ਮੇਰੀਆਂ ਮੰਨੀਆਂ, ਮੈਂ ਤਾਂ ਸਿੱਖਦੀ ਰਹੀ ਹਾਂ ਜੋ ਕੋਈ ਗੱਲ ਮਨਾਵੇ ਆ। ਵਾਹ ਵਾਹ, ਸੈਣ ਜਲਦੀ ਗੱਲ ਕਰੋ, ਜਿਹੜੇ ਸਵਾਰ ਬੈਠੇ ਹੋ ਮੇਰੀ ਸੈਣ ਪੈਨ ਹਰਮੈਨ ਵਿੱਚ ਗਾਜ਼ੀ ਦੀ ਮਜ਼ਾਰ ਦੇ ਪਾਸੇ ਦੇ ਕਿਆ ਦੀ ਬੈਠੀ ਹੈ, ਗਾਜ਼ੀ ਦੂਰ ਦੀਆਂ ਵਸਦੀਆਂ ਭੈਣਾਂ ਤੇ ਨਾਰਾਜ਼ ਫਿਰਾ ਨਹੀਂ ਥੀਂਦੇ, ਜਦਾਂ ਭੈਣ ਆਵੇ ਮਲਕੀਅਤ ਵਿੱਚ ਨਹੀਂ ਚੁਣਾ ਦੇ ਹੁਕਮ। ਅਲਹਮਦੁਲਿਲਾ ਭਾਈ ਆ ਗਏ, ਮੈਂ ਜਿੱਠਾ ਨਹੀਂ ਮਾਜ਼ਰਤ ਭਾਈ, ਭੇੜਾ ਵੇ ਮਲਕੀਅਤ ਵਿੱਚ ਨਹੀਂ ਚੁਰਨ ਦੇ ਹੁਕਮ। ਰੁਣਾ ਕਰ ਕੋਈ ਪਤਾ ਹੀ ਜ਼ਿੰਦਗੀ ਦਾ, ਮੇਰੇ ਡੇਕ ਭਾਈ, ਮੇਰੇ ਡੇਕ, ਮੇਰੇ ਡੇਕ ਪਿੱਛਾ ਕੇ ਲੇਦਾ ਕਮਲਾ, ਭੇੜਾ ਵੇ ਮਲਕੀਅਤ ਵਿੱਚ ਨਹੀਂ ਚੁਰਨ ਦੇ ਹੁਕਮ। ਜਿਹੜਾ ਬੰਦਾ ਰੋਂਦਾ ਰਹਿੰਦਾ ਮੈਨੂੰ ਸੀ ਚੋ ਰੋਸੀ, ਜੇ ਕੋ ਰੋਵਣ ਦਾ ਡਾਹ ਨਹੀਂ ਆਉਂਦਾ ਉਹਦੀ ਕਿਸਮਤ। ਸ਼ਾਮ ਦੇ ਲੋਕਾਂ ਦੱਸ ਛੋੜਾ ਕਿਵੇਂ ਪੈਦਲ ਸਫ਼ਰ, ਵਾਹ 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 ਵਾਹ, ਥੱਕ ਪਾਇਓ ਭਾਈ। ਸ਼ਾਮ ਦੇ ਲੋਕਾਂ ਦੱਸ ਛੋੜਾ ਕਿਵੇਂ ਪੈਦਲ ਸਫ਼ਰ। ਬਿਸਮਿਲਾ ਬਿਸਮਿਲਾ ਬਾਬਾ, ਚਲੋ ਇੱਕ ਵੈਣ ਵੀ ਇਹੀ ਕਰੋ ਚਾ, ਮਹਾਰੀ ਜੀ ਆਖੀ ਮਹਾਰੀ ਮਹਾਰੀ, ਅਗਰ ਇਜਾਜ਼ਤ ਨੇ ਵੇ ਮੈਂ ਭਰਾਵਾਂ ਨਾਲ ਕੋਈ ਹੁਜ ਦੀਆਂ ਗੱਲਾਂ ਕਰਨੀਆਂ। ਚੁੱਪ ਕਰ ਗਏ ਵੇ, ਹੁਜ ਦੀਆਂ ਗੱਲਾਂ ਭੈਣੀ ਭਾਈ ਭਰਾਵਾਂ ਨਾਲ ਕਰੇ। ਸੈਯਦਾ ਦੇ ਅੰਮਾ ਤੁਸਾਂ ਆਪ ਮਾਲਕ ਹੋ, ਬੀਬੀਆਂ ਦੀ ਮੈਂ ਮਾਲਕ ਹਾਂ ਤਾਂ ਜਾ ਫਿਰ ਕੁਆਂ ਖਗਰ ਨਲਾਂ ਤਾਂ ਵੱਲ ਨਾ ਨਾ ਅੰਮਾ ਪਈਆ ਦੀ ਅਗਰ ਮੈਂ ਮਹਮਲ ਤੂੰ ਨਲਾਂ ਤਾਂ ਜਾ ਫਿਰ ਹੱਥ ਬਣ ਗਿਆ ਦੇ ਵੱਲ ਤਾਰਫ ਕਰਾਏ ਕੋਈ ਅਕਬਰ ਦੇ ਪਾਲਣ ਵਾਲੀ ਮਾਏ। ਵਾਹ 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 ਵਾਹ, ਜਵਾਨੀਆਂ ਦਾ ਜਵਾਨੋ ਬਾਈ, ਬੀਬੀਆਂ ਦੀ ਨਾ ਲਹਾਂਦੀ ਕਹਿੰਦੀ ਜ਼ਰੂਰਤ ਜਿਹੜਾ ਮੈਂ ਕੋਲ ਲਹਾਵੇ। ਬੀਬੀ ਆਦੀ ਜਾਂਦੇ ਨਾਂ ਦੇ ਰੋ ਪਿਆ ਦਿਖਾਇਆ ਨਾ ਇੱਕ ਉੱਤਰ ਟੁਰਾਉਣੀ ਮੈਂ ਸਿਖਾਏ। ਵਾਹ ਵਾਹ, ਬਿਸਮਿਲ੍ਲਾ ਕਰਾਂ ਬਾਬਾ। ਜਨਮ ਵਸਦੀਆਂ ਮੇਰੇ ਦਰਦ ਦਰਬਾਨਾ, ਸਹੀ ਦਾਦਾ ਜਾਬਿਰ ਕੋਈ ਗੱਲ ਨਹੀਂ ਕੀਤੀ, ਸੋਠੀਆਂ ਦੇ ਸਹਾਰੇ ਉੱਠਦਾ ਬਹਿੰਦਾ, ਅੱਲਾ ਗਵਾਏ ਕਬਰ ਅਬਾਸ ਤੇ ਪਵਾਉਂਦੀ ਆਖ ਜਾਣ ਪੀਏ ਕਬਰ ਤੇ ਬਹੁਤ ਸਾਰੇ ਕਿਆ ਤੇਰੀ ਸਰਹੱਦ ਤੇ ਇੱਕ ਕਾਫਲਾ ਆਇਆ ਕਾਹੇ ਮੁਲਕ ਦੀ ਕਾਇਦ ਗੁਜ਼ਾਰੇ ਇਨ ਸਰ ਜ਼ਖਮੀ ਮਜ਼ਦੂਰਾਂ ਦੇ ਰਾਤ ਰੋਂਦਾ ਇੱਕ ਬੀਏ। ਇਨ ਸਰ ਜ਼ਖਮੀ ਮਜ਼ਦੂਰਾਂ ਦੇ ਰਾਤ ਰੋਂਦਾ ਹੀ ਕਵੀ ਪੜ ਛੋੜੂ ਬੰਦ, ਜ਼ਿੰਦਗੀ ਦਾ ਕੋਈ ਪਤਾ ਨਹੀਂ ਭਾਈ, ਬਤਾਖਾਂ
ਇਹ ਸਰ ਜ਼ਖਮੀ ਮਸਤੂਰਾਂ ਦੇ ਰਤ ਰੋਂਦਾ ਹੀ ਕਬੀ ਵਾਹ 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 ਪੂਰ ਦੇ ਛੋਟੇ ਬਾਲਾ ਦਿਲ ਸਾਡਾ ਗਾਜ਼ੀ ਰਿਸ਼ਤਾ ਵਤਾ ਦਾ ਬਾਬਾ ਤੂੰ ਬਹਿ ਮੈਂ ਬਿਸਮਿਲਾ ਕਰਾਂ ਤੇਰੀ ਸਰਹੱਦ ਤੇ ਇੱਕ ਕਾਫਲਾ ਆਇਆ ਹੈ ਕਾਹੇ ਮੁਲਕ ਦੀ ਕਾਇਦ ਗੁਜ਼ਾਰੇ ਸਰ ਜ਼ਖਮੀ ਮਜ਼ਦੂਰਾਂ ਦੇ ਰਤ ਰੋਂਦਾ ਹੀ ਕਬੀ ਬਿਸਮਿਲਾ ਭਾਈ ਵਸਦੇ ਰਹੋ ਅੱਲਾ ਭਾਵੇਂ ਚਲੋ ਇੱਕ ਮੈਂ ਅਮੀਰ ਕਰਾਂ ਤ੍ਰਾਏ ਮਹਮਾਲੇ ਮਹਾਰੀ ਜ਼ਈਫੇ ਅੱਖੀ ਚੋਂ ਰੱਤ ਵਧਾ ਰਹਿੰਦਾ ਬਿਸਮਿਲਾ ਕਰਾਂ ਭਾਈ ਸਾਲਾ ਔਰ ਕਾਫਲਾ ਮਰਦ ਨਹੀਂ ਇੱਕ ਬੀਬੀ ਏ ਜਿਹੜੀ ਲਾਂਦੀ ਨਹੀਂ ਨਾਲੇ ਆਦੀਏ ਗਾਜ਼ੀ ਦੇ ਰੋਬ ਨਾ ਦਿਖਾ ਜਦੋਂ ਵਸਤੀ ਅਮਦਰ ਦਾ ਦਰਬਾਨ ਆਈ ਹੈ ਅਲਮਾਲ ਕੈ ਬੂਹੇ ਤੇ ਤੂੰ ਪਾਰੇ ਰਹਿੰਦਾ ਰਹਿ ਕਦੇ ਨਾ ਨਾ ਜਲਦੀ ਕਰ ਉਹਦਾ ਨਾਂ ਪੁੱਛਾ ਮੈਂ ਤਾਂ ਅਕਬਰ ਦੇ ਪਾਲਣ ਵਾਲੀ ਵੱਲ ਲਈ ਉਹ ਬਿਸਮਿਲਾ ਕਰਾਈ ਲਗਾਵਾਂ ਮਾਮਲਾ ਦੋ ਕੰਡ ਚੱਕਰੇ ਕੰਡ ਪਿੱਛੂ ਹੱਥ ਬੰਨ ਕੇ ਪੁੱਛਾ ਬੀਬੀ ਦਾ ਨਾਂ ਜਿਹੜਾ ਜ਼ਿੰਦਗੀ ਚ ਨਹੀਂ ਰੋਣਾ ਮੇਰੋ ਦੇਖੇ ਬਾਬਾ ਜੀ ਅੱਲਾ ਗਵਾਏ ਮਾਮਲਾ ਤੋਂ ਕੰਡ ਕੀਤੀ ਖੜਾਈ ਜਾ ਬਿਰ ਹਾਏ ਇੱਜ਼ਤਦਾਰ ਕੋਈ ਇੱਜ਼ਤਦਾਰ ਦੀ ਇੱਜ਼ਤ ਦਾ ਪਤਾ ਹੁੰਦਾ ਹੈ ਇਹ ਸ਼ਾਮ ਤਾਂ ਨਹੀਂ ਨਾ ਭਾਈ ਕਰਬਲਾ ਆਈ ਬੇਰਾਵਾਂ ਦੀ ਨਗਰੀ ਅਸ ਬੇਰਾਵਾਂ ਕੋ ਤਾਂ ਪਤਾ ਹੀ ਨਾ ਕਿਹੜੀ ਵੱਡੀ ਪਰਦਾਦਾਰ ਹੈ ਬਿਸਮਿਲਾ ਕਰਾਂ ਭਾਈ ਬਿਸਮਿਲਾ ਹੱਥ ਬੱਧੀ ਖੜੇ ਮੁਸਾਫਿਰੀ ਬੀਬੀ ਦਾ ਨਾਂ ਤੂੰ ਚੁੱਪ ਕਰ ਗਏ ਗਰੀਬ ਦੀ ਰੱਥ ਵੱਧ ਗਈ ਏ ਮਾਂ ਦੇ ਮਾਮਲ ਦੇ ਪਾਸੜੇ ਕਿਆ ਦੇ ਉਜੜ ਗਈ ਏ ਪੇਕੇ ਨਾ ਪੈ ਪੁੱਛਦੇ ਨੀ ਮਰਦੀ ਵਾਲੇ ਮੁਲਤਾਨ ਵਾਲੇ ਬਾਬਾ ਜੀ ਮਾਂ ਵਾਲੀ ਤੜਫੀ ਆਦਿ ਕੁਆਓ ਕੱਪੜੇ ਸਰਦਾਰ ਕੁਆਨਾ ਖੇਨਾ ਤਡਾ ਹੈ ਜਡਾ ਬਿਰਾ ਹੈ ਜਦਾਂ ਦੇ ਫਿਰਾ ਕੁੱਠਣ ਲੋਕ ਮੈਂ ਇੱਕ ਮਰਜ਼ੀ ਦੇ ਨਾਂ ਸੜੇ ਦਿਨ ਕਈ ਕਹਿ ਦੇਣ ਕਈ ਨਮਾਜ਼ੀ ਦੀ ਭੈਣ ਅੱਜ ਕੱਲ੍ਹ ਮੇਰਾ ਨਾਂ ਉਮਲ ਮਸਾਇਬ ਸ਼ਾਲਾ ਜਵਾਨੀ ਹੋ ਵੀ ਭਾਈ ਬਾਜੀ ਅੱਲਾ ਗਵਾਏ ਜਾ ਬਿਰਵਲ ਹੈ ਬੀਬੀ ਪਈਆ ਧੀ ਮੇਰਾ ਨਾਂ ਉਮਲ ਮਸਾਇਬ ਸੈਯਦਾ ਦਾ ਤੇਰੇ ਮੁਰਸ਼ਦ ਪਾਸ ਦੀ ਮਜ਼ਾਰ ਹਲ ਗਈ ਹੈ ਅੱਜ ਨਾ ਨਾ ਜੇ ਗੁਰੋ ਕਹੂੰ ਦੇ ਪੁੱਤਰ ਦੀ ਜਾਗੀਰ ਲਗਾਵਾਂ ਮੇਰੀ ਤਰਫੋਂ ਹੱਥ ਬਨ ਮਨੁੱਖ ਆਖ ਮਾ ਦੀ ਇੱਜ਼ਤ ਵਾਸਤਾ ਹੀ ਨਾ ਲੈ ਆਪਣੀ ਸਵਾਰੀ ਵਾਲਾ ਉੱਠ ਮੇਰੀ ਕਬਰ ਤੇ ਆਵਲਾ ਮੈਂ ਕਬਰ ਤੂੰ ਬਹਿਰਾ ਨਾ ਮੈਂ ਤੇ ਖੁਆਫ ਲਹਿ ਤੇ ਇੱਕ ਗੱਲ ਉਹਦੇ ਕੋਲ ਪੁੱਛਾ ਨੌਕਰ ਪਿਆ ਪੁੱਛਦਾ ਹੀ ਤੁਹਾਡਾ ਪੇਕਾ ਨਾਮ ਤਾਂ ਆਲੀ ਆਈ ਮੈਂ ਕੁੰਡਾ ਸਾਹਿਬ ਦੀ ਮਾਂ ਮੈਂ ਕਿਆ ਸਾਹਵਰਾਂ ਦੀ ਜਾਗੀਰ ਵਿੱਚੋਂ ਢੀ ਆਈ
ਗਈ ਉਮਰ ਮਸਾਇਬ ਵਾਹ 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 ਵਾਹ